ਸਤਿ ਸ਼੍ਰੀ ਅਕਾਲ ਦੋਸਤੋ ਸਾਡਾ ਪੰਜਾਬੀ ਵਿਰਸਾ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਦੋਸਤੋ ਅਸੀਂ ਸਮੇਂ-ਸਮੇਂ ਤੇ ਉੱਤੇ ਪੰਜਾਬੀ ਕਲਾਕਾਰਾਂ ਬਾਰੇ ਤੁਹਾਨੂੰ ਜਾਣੂ ਕਰਵਾਇਆ ਹੈ ਇਸ ਚੈਨਲ ਦੇ ਜ਼ਰੀਏ ਇਸ ਸਮੇਂ ਇਕ ਵਿਸ਼ੇਸ਼ ਗਾਇਕ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੂੰ ਅਸੀਂ ਸਾਰੇ ਬਖੂਬੀ ਜਾਣਦੇ ਹਾਂ ਅਮਰ ਸਿੰਘ ਚਮਕੀਲਾ ਜਿਨ੍ਹਾਂ ਨੇ ਪੰਜਾਬੀ ਗਾਇਕੀ ਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਨੇ ਇੱਕ ਸਾਦੇ ਜੀਵਨ ਤੋਂ ਸ਼ੁਰੂ ਹੋਆ ਇਹ ਕਿੱਸਾ ਅਮਰ ਸਿੰਘ ਚਮਕੀਲਾ ਜੀ ਦੇ ਜੀਵਨ ਦੇ ਬਾਰੇ ਪੜ ਕੇ ਸੁਣਾਵਾਂਗਾ ਮੈਂ ਪੰਜਾਬੀ ਗਾਇਕੀ ਦੇ ਸਾਥ ਸਮੁੰਦਰ ਅਲੀ ਰਾਜਪੂਰਾ ਦੀ ਕਿਤਾਬ ਚੋਂ ਛਮਲੇ ਵਾਲੀ ਪੱਗ ਹੰਸੂ ਹੰਸੂ ਕਰਦਾ ਚਿਹਰਾ ਬੋਲ ਬਾਣੀ ਵਿੱਚ ਹਲੀਮੀ ਤਿੱਖੇ ਨੈਣ ਨਕਸ਼ ਸਾਦਾ ਪਹਿਰਾਵਾ ਫੂਕੀ ਫੂਫਾ ਤੋਂ ਦੂਰ ਰਹਿਣ ਵਾਲਾ ਸੀ ਅਮਰ ਸਿੰਘ ਚਮਕੀਲਾ ਕਲਾਕਾਰਾਂ ਦੀ ਰਾਜਸਤਾਨੀ ਗਾਇਕਾਂ ਦਾ ਗੜ ਜਿੱਦਰ ਨੂੰ ਮੂੰਹ ਘੁਮਜੇ ਕਲਾਕਾਰਾਂ ਦੇ ਟੰਗੇ ਬੋਰਡ ਕਈਆਂ ਦੇ ਟੇਢੇ ਜੰਗਾਲ ਖਾਦੇ ਆਪਣੀ ਹੋਂਦ ਗਵਾ ਚੁੱਕੇ ਨਜ਼ਰੀ ਪੈਂਦੇ ਹਨ ਜਿੰਨਾ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਡੀਜੇ ਵਾਲਿਆਂ ਨੇ ਕਈ ਗਾਇਕਾਂ ਦਾ ਇਸ ਮੰਡੀ ਚੋ ਬਿਸਤਰਾ ਗੋਲ ਕਰ ਦਿੱਤਾ ਹੈ ਪਰ ਕਈ ਗਾਇਕ ਵੀਰਾਂ ਦੀ ਅਜੇ ਵੀ ਆਕੜ ਹੈਂਕਰ ਨਹੀਂ ਗਈ ਚਮਕੀਲਾ ਉਹਨਾਂ ਵਿੱਚੋਂ ਨਹੀਂ ਸੀ ਉਸ ਵਿੱਚ ਆਪਣਤ ਮੋਹ ਦਾ ਦਰਿਆ ਜੋ ਠਾਠਾ ਮਾਰ ਵਗਦਾ ਸੀ ਗੱਲ ਵਕੜੀ ਲੈਣਾ ਗੋਡੀ ਹੱਥ ਲਾਉਣਾ ਦੂਜਿਆਂ ਨੂੰ ਮੱਲੋ ਮੱਲੀ ਆਪਣੇ ਵੱਲ ਖਿੱਚਦਾ ਸੀ ਇਸ ਮੰਡੀ ਵਿੱਚ ਅਨੇਕਾਂ ਨਾਵਾਂ ਨੂੰ ਸਤਕਾਰਿਆ ਜਾ ਸਕਦਾ ਹੈ ਪਰ ਇੱਕ ਨਾ ਜਿਸ ਨੂੰ ਇਸ ਮੰਡੀ ਦੇ ਛੇਡ ਹੀ ਭੰਡਦੇ ਰਹੇ ਪਰ ਗਾਕਾਂ ਨੇ ਕੋਈ ਨੁਕਤਾ ਚੀਨੀ ਨਹੀਂ ਕੀਤੀ ਇਸ ਮੰਡੀ ਦੇ ਕੁਝ ਗਿਣਵੇ ਚੁਣਵੇ ਵਪਾਰੀਆਂ ਤੋਂ ਇਸ ਦੀ ਝੁੱਲ ਦੀ ਝੰਡੀ ਦੇਖੀ ਨਾ ਗਈ ਦੋਰੇ ਅਰਥਾਂ ਵਾਲੀ ਗਾਇਕੀ ਨੂੰ ਸਮਰਪਿਤ ਇਸ ਚਮਕੀਲੇ ਨੂੰ ਇੱਕ ਦਿਨ ਭਰੀ ਮੰਡੀ ਨੂੰ ਛੱਡ ਕੇ ਤੁਰ ਜਾਣ ਲਈ ਮਜਬੂਰ ਹੋਣਾ ਪਿਆ ਜ਼ਿਲ੍ਹਾ ਲੁਧਿਆਣੇ ਦੇ ਬੁੱਕਲ ਚ ਵਸਿਆ ਪਿੰਡ ਹੈ ਦੁਗਰੀ ਜੋ ਕਿ ਇੱਕ ਸ਼ਹਿਰ ਦਾ ਰੂਪ ਧਾਰਨ ਕਰ ਗਿਆ ਹੈ ਪਿੰਡ ਦੁਗਰੀ ਦੋ ਵਾਰ ਚਰਚਾ ਦਾ ਵਿਸ਼ਾ ਬਣਿਆ ਪਹਿਲਾਂ ਇਸ ਪਿੰਡ ਦੇ ਦੋ ਗਵਈਏ ਭਰਾ ਹੋਏ ਸ਼ੇਰੂ ਤੇ ਮੇਰੂ ਜਿਹੜੇ ਦੋ ਤਾਰਾ ਤੇ ਅਲਗੋਜੀਆਂ ਨਾਲ ਗਾਉਂਦੇ ਸਨ ਇਹਨਾਂ ਦੇ ਗਾਏ ਰਿਕਾਰਡ ਦੋ ਤਾਰਾ ਵਜਦਾ ਵੇ ਰਾਜਣਾ ਨੂਰ ਮਹਿਲ ਦੀ ਮੋਰੀ ਨਾਗਨ ਦੀ ਚੂੜੀ ਲਿਆਦੇ ਵੇ ਮੈਂ ਰੋਜ ਬਾਲਮਾ ਕਹਿੰਦੀ ਜਿਨ੍ਹਾਂ ਨੇ ਬੇहद ਮਸ਼ਹੂਰੀ ਖੱਟੀ ਤੇ ਇਹਨਾਂ ਤੋਂ ਬਾਅਦ ਫਿਰ ਚਰਚਾ ਛਿੜੀ ਗੱਲ ਵਿਸ਼ਵ ਪੱਧਰ ਤੇ ਜਦੋਂ ਚਮਕੀਲੇ ਦੇ ਗੀਤ ਰਿਕਾਰਡ ਹੋਏ ਉਸਨੇ ਇਸ ਖੇਤਰ 'ਚ ਤਹਿਲਕਾ ਮਚਾਇਆ ਦਲਿਤ ਪਰਿਵਾਰ 'ਚ ਸਰਦਾਰ ਹਰੀ ਸਿੰਘ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਜਨਮੇ ਅਮਰ ਸਿੰਘ ਚਮਕੀਲੇ ਨੇ 1 ਜੁਲਾਈ 1960 ਨੂੰ ਅੱਖ ਖੋਲੀ ਜਿਸ ਦਾ ਕਰਦਿਆਂ ਨੇ ਨਾਂ ਰੱਖਿਆ ਸੀ ਤਣੀ ਰਾਮ ਜੋ ਕਿ ਮਾਤਾ ਕਤਾਰ ਕੌਰ ਦਾ ਜੇਠਾ ਪੁੱਤ ਸੀ ਪਰਿਵਾਰ ਅੰਤਾਂ ਦੀ ਮੰਦਿਆਲੀ ਵਿੱਚ ਤਸਿਆ ਦਿਹਾੜੀ ਦੱਪਾ ਕਰਨ ਵਾਲੇ ਇਸ ਪਰਿਵਾਰ ਨੂੰ ਰਤਾ ਵੀ ਸੂ ਨਹੀਂ ਸੀ ਕਿ ਇਹ ਇੱਕ ਦਿਨ ਆਪਣੇ ਪਰਿਵਾਰ ਤੇ ਦੁਗਰੀ ਨੂੰ ਵਿਸ਼ਵ ਪੱਧਰ ਦੀ ਪ੍ਰਸਿੱਧੀ ਦਿਵਾਏਗਾ ਕਈਆਂ ਦੇ ਨਾਂ ਨਾਲ ਜ਼ਿੰਦਗੀ ਦੀਆਂ ਸਚਾਈਆਂ ਆਪ ਬੋਲਦੀਆਂ ਹਨ ਬਿਲਕੁਲ ਇਸ ਤਰ੍ਹਾਂ ਚਮਕੀਲੇ ਨਾਲ ਵੀ ਹੋਇਆ ਪੰਜ ਜਮਾਤਾਂ ਪੜ ਸਕੂਲ 'ਚ ਮਾਸਟਰਾਂ ਦੀਆਂ ਫਰਮਾਇਸ਼ਾਂ ਪੂਰਨ ਵਾਲੇ ਇਸ ਧਨੀ RAM ਤੋਂ 6ਵੀਂ ਪਾਸ ਨਾ ਹੋਈ ਕਿਉਂਕਿ ਸਿਆਣੇ ਅਖੇ ਚਿੱਤ ਪਿਆ ਕਰਾਲੀ ਮੈਂ ਕਿੱਥੇ ਲਿਆ ਬਿਠਾ ਲਈ ਚਮਕੀਲਾ ਸ਼ਬਦ ਜੋੜਾਂ ਦੀ ਖੇਡ ਖੇਡਣੀ ਚਾਹੁੰਦਾ ਇਸ ਦੀ ਸੋਚ ਬਚਪਨ ਤੋਂ ਹੀ ਸੀ ਉੱਚੀਆਂ ਉਡਾਰੀਆਂ ਲਾਉਣ ਦੀ ਹਾਣੀਆਂ ਨਾਲ ਰਲ ਕੇ ਨਗਰ ਸੁਧਾਰ ਸਮਾਜ ਸੇਵਾ ਸਵਾ ਬਣਾਈ ਤੇ ਬਾਅਦ ਵਿੱਚ ਪਿੰਡ ਦੀ ਧਰਮਸ਼ਾਲਾ ਤੇ ਰਵਿਦਾਸ ਮੰਦਿਰ ਵੀ ਉਸਾਰਿਆ ਸਭ ਰਲ ਕੇ ਧਾਰਮਿਕ ਡਰਾਮੇ ਕਰਦੇ ਜਿੰਨਾ ਚੇ ਚਮਕੀਲਾ ਮੁੱਖ ਰੋਲ ਨਿਭਾਉਂਦਾ ਇੱਥੋਂ ਹੀ ਚਮਕੀਲੇ ਨੂੰ ਕਲਾ ਨਿਖਾਰਨ ਦਾ ਮੌਕਾ ਮਿਲਿਆ ਦਲਜੀਤ ਤਰਕੋਟੀ ਦੇ ਨਾਨਕੇ ਸਨ ਦੁਗਰੀ ਤੇ ਇਸੇ ਪਿੰਡ 'ਚੇ ਮਜਬੀਆਂ ਦੇ ਵੇੜੇ ਇਸ ਦੀ ਹੱਟੀ ਸੀ ਪਰਚੂਨ ਦੀ ਚਮਕੀਲਾ ਦਲਜੀਤ ਤਰਕੋਟੀ ਕੋਲ ਵਾਜਾ ਸਿੱਖਣ ਜਾਂਦਾ ਚਮਕੀਲੇ ਦੇ ਪਿਤਾ ਹਰੀ ਸਿੰਘ ਨੇ ਇਸ ਦੇ ਵਾਜਾ ਸਿੱਖਣ ਦਾ ਕਾਫੀ ਵਿਰੋਧ ਕੀਤਾ ਪਰ ਚਮਕੀਲਾ ਵਾਜਾ ਸਿੱਖਣੋਂ ਨਾ ਹਟਿਆ ਇਸ ਤਰ੍ਹਾਂ ਕਈ ਵਾਰ ਦਲਜੀਤ ਤੁਰਕੋਟੀ ਨੂੰ ਵੀ ਹਰੀ ਸਿੰਘ ਵੱਲੋਂ ਕੀਤੀ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਚਮਕੀਲੇ ਦਾ ਪਿਤਾ ਕਹਿੰਦਾ ਸੀ ਤੂੰ ਸਾਡੇ ਮੁੰਡੇ ਨੂੰ ਪੱਟਿਆ ਏ ਤੂੰ ਪਾਇਆ ਏ ਇਸ ਨੂੰ ਪੁੱਠੇ ਰਾ ਉਸਨੇ ਲਗਨ ਮਿਹਨਤ ਦਾ ਪੱਲਾ ਨਾ ਛੱਡਿਆ ਨਾਲ-ਨਾਲ ਕਬੀਲਦਾਰੀ ਦੀ ਗੱਡੀ ਨੂੰ ਰੋੜਨ ਲਈ ਮਕਾਨ ਉਸਾਰੀ ਫੈਕਟਰੀਆਂ ਜ਼ਿਮੀਂਦਾਰਾਂ ਦੀ ਦਿਹਾੜੀ ਦੱਪਾ ਵੀ ਕੀਤਾ ਅਤੇ ਚੁੰਨੀਆਂ ਵੀ ਰੰਗੀਆਂ ਕਰਦੀਆਂ ਐਨਾ ਆਰਥਿਕ ਤੰਗੀਆਂ ਨੇ ਹੀ ਉਸ ਨੂੰ ਪੜ੍ਹਾਈ ਤੋਂ ਵਾਂਝਾ ਰੱਖਿਆ ਸੀ ਪੈਨ ਸਵਰਨਕੌਰ ਚਰਨਕੌਰ ਭਰਾ ਅਵਤਾਸ ਸਿੰਘ ਤੇ ਲਸ਼ਕਰ ਸਿੰਘ ਦੇ ਵੱਡੇ ਵੀਰ ਚਮਕੀਲੇ ਨੇ ਆਪਣੀ ਕਿਸਮਤ ਨੂੰ ਆਪ ਬਣਾਇਆ ਅੰਤਾਂ ਦੀ ਗਰੀਬੀ ਕਬੀਲਦਾਰੀ ਦਾ ਬੋਝ ਇਸ ਦੇ ਮੋਢਿਆਂ ਤੇ ਬਚਪਨ ਤੋਂ ਹੀ ਆਰਟ ਕਿਆ ਸੀ ਪਰ ਫਿਰ ਵੀ ਚਮਕੀਲੇ ਨੇ ਆਪਣੀ ਕਲਾ ਮੋਹ ਨੂੰ ਥੇਸ ਨਾ ਲੱਗਣ ਦਿੱਤੀ ਤੇ ਕੱਚ ਦੇ ਸਮਾਨ ਵਾਂਗ ਸਾਹਮ ਸਾਹ ਰੱਖਿਆ ਭਾਵੇਂ ਜ਼ਿਮੀਦਾਰਾਂ ਦੀਆਂ ਖੁਰਲੀਆਂ ਸਾਫ਼ ਕੀਤੀਆਂ ਲੋਕਾਂ ਦੇ ਮਹਿਲ ਉਸਾਰ ਦਾ ਰਿਆ ਢਿੱਡ ਨੂੰ ਝੋਕਾ ਦੇਣ ਲਈ ਨਿੱਕੀ ਉਮਰੇ ਮਾਂ ਖੋ ਲਈ ਰੱਬ ਨੇ ਜਿਸ ਕਰਕੇ ਵਿਆਹ ਕਰਵਾਉਣਾ ਜ਼ਰੂਰੀ ਹੋ ਗਿਆ ਸੀ ਚਮਕੀਲੇ ਦਾ ਵਿਆਹ ਅੱਖੋਵਾਲ ਦੇ ਨੇਲੇ ਪਿੰਡ ਨੰਗਲ ਖੁਰਦ ਲੁਧਿਆਣਾ ਵਿਖੇ ਬੀਬੀ ਗੁਰਮੀਲ ਕੌਰ ਨਾਲ ਹੋਇਆ ਕੋਰ ਸੰਘਰਸ਼ ਦੇ ਦਿਨਾਂ 'ਚ ਚਮਕੀਲੇ ਦਾ ਮਿਲਨ 26 ਜਨਵਰੀ 1977 ਨੂੰ ਕੇਸਰ ਸਿੰਘ ਟਿੱਕੀ ਨਾਲ ਗਿੱਲ ਚੌਂਕ ਲੁਧਿਆਣਾ ਵਿੱਚ ਹੋਇਆ ਉਦੋਂ ਕੇਸਰ ਸਿੰਘ ਟਿੱਕੀ ਸੁਰਿੰਦਰ ਸ਼ਿੰਦਾ ਤੇ ਸੁਰਿੰਦਰ ਸੋਨੀਆ ਦੀ ਜੋੜੀ ਨਾਲ ਢੋਲਕ ਮਾਸਟਰ ਤੇ ਅਮਰ ਸਿੰਘ ਚਮਕੀਲਾ ਗਾਇਕੀ ਦੇ ਖੇਤਰ ਵਿੱਚ ਉਡਾਰੀਆਂ ਲਾਉਣ ਲਈ ਪਰ ਤੋਲ ਰਿਆ ਸੀ ਚਮਕੀਲੇ ਨੇ ਕੇਸਲ ਸਿੰਘ ਟਿੱਕੀ ਨੂੰ दिली ਇੱਛਾ ਦੱਸੀ ਤੇ ਕਿਹਾ ਮੈਂ ਸੁਰਿੰਦਰ ਸ਼ਿੰਦਾ ਜੀ ਦਾ ਸ਼ਗਿਰਦ ਪੈਣਾ ਚਾਹੁੰਦਾ ਹਾਂ ਟਿੱਕੀ ਨੇ ਸੁਰਿੰਦਰ ਸ਼ਿੰਦਾ ਨੂੰ ਬੇਨਤੀਕਾਰ ਚਮਕੀਲੇ ਨੂੰ ਸੁਰਿੰਦਰ ਸ਼ਿੰਦੇ ਦਾ ਸ਼ਗਿਰਦ ਪਵਾ ਦਿੱਤਾ ਉਹਨਾਂ ਦਿਨਾਂ 'ਚ ਸ਼ਿੰਦੇ ਕੋਲ ਦਫ਼ਤਰ ਨਹੀਂ ਸੀ ਹੁੰਦਾ ਸੁਰਿੰਦਰ ਸ਼ਿੰਦਾ ਨੂੰ ਚਮਕੀਲੇ ਨੇ ਗੀਤਕਾਰ ਹਰਦੇਵ ਦਿਲਗੀਰ ਉਰਫ ਦੇਵ ਤਰੀਕਿਆਂ ਵਾਲੇ ਦੀ ਕਲਾ ਤੋਂ ਜਨਮਿਆ ਗੀਤ ਇੱਕ ਮੁਟ ਹੋ ਜੋ ਛੜਿਓ ਇਦਾਂ ਹੋਣਾ ਨਹੀਂ ਗੁਜ਼ਾਰਾ ਤੀਵੀਆਂ ਨੇ ਹੋ ਕੇ ਇਕੱਠੀਆਂ ਕਲ ਢਾ ਲਿਆ ਛੜਾ ਕਰਤਾਲਾ ਸੁਣਾ ਕੇ ਮੋਹਿਤ ਕਰ ਲਿਆ ਇਹ ਹੀ ਤਾਂ ਚਮਕੀਲੇ ਦੀ ਗਾਇਕੀ ਦਾ ਜਾਦੂ ਸੀ ਜੋ ਆਸਕ ਮਿੱਠਾ ਨਹੀਂ ਪਿਆ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਅੱਜ ਜਮਾਨੇ ਨੇ ਜਿੱਥੇ ਤਰੱਕੀ ਨਾਲ ਬੁਲੰਦੀਆਂ ਨੂੰ ਛੂਇਆ ਹੈ ਉਥੇ ਚਮਕੀਲੇ ਦੇ ਗੀਤ ਮੋਬਾਈਲਾਂ ਗੱਡੀਆਂ ਟਰੱਕਾਂ ਅਤੇ ਹੋਰ ਆਵਾਜ਼ਾਈ ਦੇ ਸਾਧਨਾਂ 'ਤੇ ਵੱਜਦੇ ਸੁਣੇ ਜਾ ਸਕਦੇ ਹਨ ਉਦੋਂ ਸੁਰਿੰਦਰ ਸ਼ਿੰਦੇ ਕੋਲ ਦਫ਼ਤਰ ਨਾ ਹੋਣ ਕਰਕੇ ਚਾਹ ਦੀ ਦੁਕਾਨ ਵਾਲੇ ਪ੍ਰੀਤਿ ਦੀ ਦੁਕਾਨ ਤੇ ਇਕੱਠੇ ਹੁੰਦੇ ਸਨ ਚਮਕੀਲਾ ਆਏ ਗਿਆ ਦੇ ਪੈਰੀਂ ਆਤ ਲਾਉਂਦਾ ਤੇ ਚਾਹ ਪਾਣੀ ਲਿਆਉਂਦਾ ਸੀ ਸੇਵਾ ਭਾਵਨਾ ਨੂੰ ਦੇਖਦਿਆਂ ਇੱਕ ਦਿਨ ਸੁਰਿੰਦਰ ਸ਼ਿੰਦਾ ਨੇ ਕਿਹਾ ਸੀ ਤਨੀ ਰਾਮਾ ਤੈਨੂੰ ਆਹ ਕੀਤੀ ਸੇਵਾ ਦਾ ਮੇਵਾ ਜ਼ਰੂਰ ਮਿਲੇਗਾ ਸੋ ਦੋਸਤੋ ਇਹ ਕਿੱਸਾ ਮੈਂ ਕਿਤਾਬ ਪੰਜਾਬੀ ਗਾਇਕੀ ਦੇ ਸੱਤ ਸਮੁੰਦਰ ਅਲੀ ਰਾਜਪੁਰਾ ਦੀ ਕਿਤਾਬ ਚੋਂ ਇੱਕ ਕਿੱਸਾ ਪੜ੍ਹ ਕੇ ਸੁਣਾਇਆ ਹੈ ਅਮਰ ਸਿੰਘ ਚਮਕੀਲਾ ਜੀ ਦੀ ਜ਼ਿੰਦਗੀ ਤੇ ਇੱਕ ਚਲਕ ਪਾਈ ਹੈ ਦੋਸਤੋ ਇਸੇ ਤਰ੍ਹਾਂ ਤੁਹਾਨੂੰ ਸਮੇਂ-ਸਮੇਂ ਦੇ ਉੱਤੇ ਪੰਜਾਬੀ ਕਲਾਕਾਰਾਂ ਬਾਰੇ ਜਾਣੂ ਕਰਵਾਉਂਦੇ ਰਵਾਂਗੇ ਓਨਲੀ ਦਿਓ ਇਜਾਜ਼ਤ ਪ੍ਰੀ ਡੁਗਰੀ ਦੇ ਨਾਲ ਸਾਡਾ ਪੰਜਾਬੀ ਵਿਰਸਾ ਧੰਨਵਾਦ ਦੋਸਤੋ